हाँ जी, इस वक्त तपा मंडी दे जिथे मानयोग मुख्यमंत्री श्री चरणजीत सिंह चन्नी पहुँचे हुए ने, इत्थे कुछ किसान जथेबंदियां ने जिहड़े अपने मंग पत्र लैके पहुँचे हुए ने। बाई जी, नाम की तुहाडा जी? मेरा नाम कार सिंह बराड़ है जी। बराड़ साहब, की कहण वास्ते आए हो, की मंग पत्र है तुहाडा? अज्ज किसान जथेबंदियां वल्लों जिहड़े कि पंजाब करजा मुक्ति यूनियन वल्लों, उन्नत किसान वैलफेयर सोसायटी वल्लों अते पंथक किसान मोर्चा वल्लों असीं इक मंग पत्र देण आए हां साहिब सिंह जी, भी पंजाब दे विच खसखस की खेती होवे, क्योंकि जिहड़े नौजवानी आ वो अज साडी चिट्टे ना मर रही है। तो असी लगातार 2017 तो मंग कर रहे हैं, हुण बहुत वधिया सीएम साहब आए आ जिहड़े कि ग्राउंड लेवल तो दर्द जानदे आ किसानां दा, मजदूरां दा, जिहड़े अज साडे नौजवानां नूं जीह वालियां गोलियां मिल रहियां होस्पिटलां दे विचों, असी ने वो बंद हो के उन्हां दे पक्के कार्ड बन, तो जां सानू खेती की इत्थे इजाजत दी जाए पंजाब दे विच, दूजे 12 सूबियां दे विच खसखस की खेती की है जिहड़ी हो रही है। ਤੁਹਾਡਾ ਨਾਮ ਕੀ? ਮੈਂ ਸਾਬਕਾ ਸਰਪੰਚ ਗੁਰਸੇਵਕ ਸਿੰਘ ਜੀ, ਜ਼ਿਲ੍ਹਾ ਚੇਅਰਮੈਨ ਕਿਸਾਨ ਵਿੰਗ ਬਰਨਾਲਾ। ਗੁਰਸੇਵਕ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ, ਕੀ ਮੰਗ ਹੈ ਜਥੇਬੰਦੀ ਦੀ? ਇੱਥੇ ਜੀ ਮੈਂ ਇਹਨਾਂ ਦਾ ਸਮਰਥਨ ਕਰਦਾ ਇਸ ਚੀਜ਼ ਦਾ, ਕਿਉਂਕਿ ਮੈਂ ਤਾਂ ਕਾਂਗਰਸ ਪਾਰਟੀ ਵੱਲੋਂ ਹਾਂ, ਉਸ ਰੋਸੇ ਵੀ ਸੀ ਅੱਜ ਮੈਨੂੰ ਇਸ 'ਤੇ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕੈਪਟਨ ਸਾਹਿਬ ਦੀ ਸਿਕਿਉਰਿਟੀ ਵਾਲਾ ਕੰਮ ਸੀ ਉਹ 'ਚ ਮੈਨੂੰ ਕੋਈ ਅੱਜ ਦੇਖਣ ਨੂੰ ਬੜਾ ਫਰਕ ਨਹੀਂ ਲੱਗਿਆ ਜੀ, ਠੀਕ ਹੈ, ਕਿਉਂਕਿ ਫੇਸਬੁੱਕ 'ਤੇ ਜਿਵੇਂ ਫੋਟੋਆਂ ਚੱਲਦੀਆਂ ਸੀ ਐਮ ਚੱਲਦੀਆਂ, ਉਹ ਕੁਛ ਹੋਰ ਆ ਜਦੋਂ ਆਉਂਦੇ ਆ ਇੱਥੇ ਹੋਰ ਹੈ। ਤਾਂ ਮੈਨੂੰ 2004 ਦਾ ਮੈਂ ਰਿਹਾ ਵਾਂ, ਕਾਂਗਰਸ ਪਾਰਟੀ ਨਾਲ ਜੁੜਿਆ ਵਾਂ, 17-10 ਸਾਲ ਸਰਪੰਚ ਰਿਹਾ ਜੀ ਮੈਂ, ਇਸ ਕਰਕੇ ਜਿਹੜੀ ਖਸਖਸ ਦੀ ਖੇਤੀ ਦੀ ਗੱਲ ਹੈ ਉਹ ਮੇਰਾ ਸਮਰਥਨ ਕਰਦਾ, ਕਿਉਂਕਿ ਸਾਡੇ ਜਿਹੜੇ ਮੁੰਡੇ ਹੈ ਉਹ ਚਿੱਟੇ ਅਤੇ ਗੋਲੀਆਂ ਅਤੇ ਇਹ ਸਮੈਕ ਨਸ਼ਿਆਂ ਨੇ ਖਾ ਲਏ ਜੀ, ਕਿਉਂ ਨਸ਼ੇ ਨੂੰ ਨਸ਼ਾ ਹੀ ਕੱਟੂਗਾ, ਠੀਕ ਹੈ। ਇਹ ਇੱਕ ਸਾਡੇ ਪੁਰਾਣੇ ਬਜ਼ੁਰਗ ਪੁਰਾਣੇ ਸਮੇਂ ਤੋਂ ਖਾਂਦੇ ਆਉਂਦੇ ਆ, ਉਹ ਲੰਮੀ ਉਮਰ ਭੋਗ ਕੇ ਮਰਦੇ ਸੀਗੇ 100-100 ਸਾਲ ਦੀ ਉਮਰ। ਇਸ ਦੋਸਤੋ ਆਪਾਂ ਚੱਲਦੇ ਹਾਂਗੇ, ਇਹਨਾਂ ਦੇ ਜਿਹੜਾ ਮੰਗ ਪੱਤਰ ਹੈ ਓਮਕਾਰ ਸਿੰਘ ਬਰਾੜ ਹੁਣੀ ਦੇਣ ਜਾ ਰਹੇ ਨੇ। ਮੁੱਖ ਮੰਗ ਹੈ ਕਿ ਜਿਹੜੇ ਲੋਕ ਚਿੱਟੇ ਸਮੈਕ ਗੋਲੀਆਂ ਨਾਲ ਮਰ ਰਹੇ ਨੇ, ਗੱਭਰੂ ਨੌਜਵਾਨ, ਉਹਦੀ ਥਾਂ ਦੇ ਉੱਪਰ ਜੇਕਰ ਪੰਜਾਬ ਸਰਕਾਰ ਜਿਹੜੇ ਬਿਮਾਰ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤਮੰਦ ਨੇ ਉਹਨਾਂ ਵਾਸਤੇ ਭੁੱਕੀ ਅਤੇ ਅਫੀਮ ਦੇ ਕਾਰਡ ਬਣਾਏ ਜਾਣ, ਤਾਂ ਕਿ ਉਹ ਇੱਜ਼ਤ ਮਾਣ ਸਤਿਕਾਰ ਦੀ ਜ਼ਿੰਦਗੀ ਜੀ ਸਕਣ, ਅਤੇ ਕੈਮੀਕਲ ਜਿਹੜੀਆਂ ਜ਼ਹਿਰਾਂ ਨਾਲ ਸਰੀਰ ਖਰਾਬ ਹੋ ਰਹੇ ਨੇ ਉਹਨਾਂ ਤੋਂ ਬਚ ਸਕਣ। ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਹਾਂ ਜੀ, ਉਹਨਾਂ ਨੂੰ ਮੰਗ ਪੱਤਰ ਦਿੱਤਾ ਖਸਖਸ ਦੀ ਖੇਤੀ ਦਾ। ਤਾਂ ਦੇਖ ਸਕਦੇ ਹੋ ਸੀ ਐਮ ਸਾਹਿਬ ਬੀਬੀਆਂ ਦਾ ਕਰਜ਼ੇ ਦਾ ਜੀ ਉਹਨਾਂ ਨੇ ਭਰੋਸਾ ਦਵਾਇਆ ਜੀ, ਵੀ ਜਿਹੜਾ ਸਮਾਨ ਚੱਕਿਆ ਜਾਂਦਾ ਸੀ ਉਹ ਵੀ ਨਹੀਂ ਚੱਕਿਆ ਜਾਊਗਾ ਅਤੇ ਕਰਜ਼ਾ ਮਾਫ਼। ਖਸਖਸ ਦੀ ਖੇਤੀ ਦਾ ਮੰਗ ਪੱਤਰ ਦਿੱਤਾ ਚੰਨੀ ਸਾਹਿਬ ਨੂੰ, ਉਹਨਾਂ ਨੇ ਭਰੋਸਾ ਦਵਾਇਆ ਵੀ ਅਸੀਂ ਜ਼ਰੂਰ ਲਾਗੂ ਕਰਾਂਗੇ। ਆਹ ਦੇਖ ਸਕਦੇ ਜੀ ਉਹਨਾਂ ਨੂੰ ਮੰਗ ਪੱਤਰ ਦੇ ਦਿੱਤਾ ਖਸਖਸ ਦੀ ਖੇਤੀ ਦਾ। ਅੱਜ ਪੰਜਾਬ ਕਰਜ਼ਾ ਮੁਕਤੀ ਯੂਨੀਅਨ ਵੱਲੋਂ, ਉੱਨਤ ਕਿਸਾਨ ਵੈਲਫੇਅਰ ਸੋਸਾਇਟੀ ਵੱਲੋਂ, ਪੰਥਕ ਕਿਸਾਨ ਮੋਰਚਾ।